ਫਾਜ਼ਿਲਕਾ ਦੇ ਸਿਟੀ ਗਾਰਡਨ ਪੈਲਸ ਦੇ ਨੇੜਿਓਂ ਦੋ ਦੁਕਾਨਾਂ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ। ਇੱਕ ਦੁਕਾਨ ਤੋਂ 1 ਲੱਖ ਰੁਪਏ ਦਾ ਸਮਾਨ ਅਤੇ ਦੂਜੀ ਦੁਕਾਨ ਤੋਂ 50,000 ਰੁਪਏ ਨਗਦ ਚੋਰੀ ਕਰਕੇ ਲੈ ਗਏ ਚੋਰ। ਫਾਜ਼ਿਲਕਾ ਦੇ ਸਿਟੀ ਗਾਰਡਨ ਪੈਲਸ ਦੇ ਨੇੜੇ ਦੋ ਦੁਕਾਨਾਂ ਤੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਦੁਕਾਨ ਤੋਂ ਚੋਰਾਂ ਵੱਲੋਂ ਸਮਾਨ, ਬੈਟਰੀਆਂ ਅਤੇ ਹੋਰ ਵੀ ਚੀਜ਼ਾਂ ਚੋਰੀ ਕੀਤੀਆਂ ਗਈਆਂ ਅਤੇ ਦੂਸਰੀ ਦੁਕਾਨ ਤੋਂ 50,000 ਰੁਪਏ ਦੀ ਨਗਦੀ ਚੋਰੀ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਸਾਵਰੀਆ ਮੋਟਰਸ ਦੇ ਸੰਚਾਲਕ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਵਾਰਦਾਤ ਹੋਈ ਹੈ। ਚੋਰਾਂ ਵੱਲੋਂ ਦੁਕਾਨ ਦੇ ਅੰਦਰ ਪਿਆ ਟੂਲ, ਕਾਰਾਂ ਦੀਆਂ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ। ਦੂਸਰੀ ਦੁਕਾਨ ਦੇ ਸੰਚਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਵਿੱਚ ਪਏ 50,000 ਰੁਪਏ ਨਗਦ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ। ਦੋਨਾਂ ਵਾਰਦਾਤਾਂ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇੰਦਰਜੀਤ ਭਾਜੀ, ਕਿੱਥੋਂ ਰਹਿਣ ਵਾਲੇ? ਫਾਜ਼ਿਲਕਾ ਤੋਂ ਦੁਕਾਨ ਕੀਤੀ, ਪਿੰਡ ਕਮਾਲ ਵਾਲਾ ਜੀ। ਚੋਰੀ ਤੁਹਾਡੀ ਕਿੱਥੇ ਹੋਈ ਹੈ? ਇਹ ਦੁਕਾਨ 'ਚ ਹੋਈ ਹੈ ਜੀ। ਕੀ ਨਾਮ ਫਰਮ ਦਾ, ਕੀ ਕੰਮ ਕਰਦੇ ਸੀ? ਮਕੈਨਿਕ ਦਾ ਕੰਮ ਕਰਦੇ ਆ, ਸਾਵਰੀਆ ਮੋਟਰ ਤੇ। ਕੀ ਚੋਰੀ ਹੋਈ? ਸਮਾਨ ਲੈ ਗਏ, ਸਾਰਾ ਟੂਲ ਚੱਕ ਲੈ ਗਏ, ਕਬਾੜ ਦਾ ਸਾਰਾ ਸਮਾਨ ਚੱਕ ਲੈ ਗਏ। ਕੀ ਕੀ ਨੁਕਸਾਨ ਹੋਇਆ, ਕਿੰਨੇ ਨੁਕਸਾਨ ਹੋਇਆ ਟੋਟਲ? ਉਹੀ ਗੱਲ, 1,00,000 ਰੁਪਈਆਂ ਦਾ ਨੁਕਸਾਨ ਹੋ ਗਿਆ ਜੀ। ਤੁਹਾਨੂੰ ਕਿੰਨੇ ਪਤਾ ਲੱਗਿਆ ਚੋਰੀ ਹੋਈ ਹੈ? ਅਸੀਂ ਸਵੇਰੇ ਆ ਕੇ ਸੈਟਰ ਖੋਲਿਆ ਤੇ ਸਮਾਨ ਸਾਰਾ ਹੀ ਚੱਕਿਆ ਹੋਇਆ ਸੀਗਾ। ਕੀ ਕੀ ਨੁਕਸਾਨ ਹੋਇਆ ਦੱਸੋਗੇ ਕੁਝ? ਭਾਜੀ ਟੂਲ ਲੈ ਗਏ ਸਾਰਾ ਚੱਕ ਕੇ, ਤੇ ਬੈਟਰੀਆਂ ਲੈ ਗਏ ਗੱਡੀ ਦੀਆਂ, ਸਾਰੇ ਵਾਇਰਿੰਗ ਵੂਰਿੰਗ ਕੱਢ ਕੇ ਲੈ ਗਏ, ਬੈਟਰੀਆਂ ਕੁਛ ਵੀ ਨਹੀਂ ਛੱਡਿਆ, ਤੇ ਇੰਜਣ ਹੀ ਚੱਕ ਲੈ ਗਏ ਇੱਕ ਤਾਂ। ਇਸ ਮਾਮਲੇ ਥਾਣੇ ਦਿੱਤੀ ਤਲਾਕ ਹੋਈ? ਹਾਂਜੀ, ਸਵੇਰੇ ਰਿਪੋਰਟ ਦੇ ਕੇ ਆਏ ਸੀਗੇ, ਐਪਲੀਕੇਸ਼ਨ ਦਿੱਤੀ ਹੋਈ। ਕਿੱਥੇ ਕਰਕੇ ਸ਼ੋਪ ਹੋਈ ਤੁਹਾਡੀ? ਹਾਂ, ਬੋਰ ਰੋਡ ਤੇ ਹੈਗੀ ਆ, ਸਿਟੀ ਗਾਰਡਨ ਪੈਲਸ ਕੋਲ। ਕੀ ਕਾਰਵਾਈ ਦੀ ਮੰਗ ਕਰਦੇ? ਸਾਨੂੰ ਸਾਡਾ ਖਰਚਾ ਦਵਾ ਦਿਓ ਜੀ। ਸਾਡੀ ਆਹੀ ਮੰਗ ਹੈ ਵੀ ਚੋਰਾਂ ਨੂੰ ਫੜਿਆ ਜਾਵੇ, ਸਖ਼ਤ ਕਾਰਵਾਈ ਕੀਤੀ ਜਾਵੇ। ਅੱਗੇ ਵੀ ਪਹਿਲਾਂ ਕੋਈ ਚੋਰੀ ਹੋਈ ਇੱਥੇ ਨਾਲ? ਹਾਂਜੀ, ਅੱਗੇ ਸਾਹਮਣੇ ਦੁਕਾਨ ਤੇ ਹੋਈ ਸੀਗੀ। ਉਹ ਕਦੋਂ ਦੀ ਗੱਲ ਹੈ? ਉਹ 1 ਮਹੀਨਾ ਕੁ ਪਹਿਲਾਂ ਸਾਹਮਣੇ ਦੁਕਾਨ ਤੋਂ ਚੋਰੀ ਹੋਈ ਸੀਗੀ। ਤੁਹਾਨੂੰ ਕੋਈ ਸ਼ੱਕ ਕਿਸੇ ਤੇ? ਕੋਈ ਸ਼ੱਕ ਹੁਣ ਕਿਸੇ ਤੇ ਕੀ ਕਰੀਏ, ਕਹਿੰਦੇ ਤੇ ਕਰੀਏ ਜੀ, ਕੋਈ ਸੁਣਵਾਈ ਨਹੀਂ ਹੁੰਦੀ। ਸਵੇਰੇ ਆਈ ਸੀ, ਉਹ ਕਹਿੰਦੇ ਚੌਂਕੀਦਾਰ ਰੱਖ ਲਓ, ਚੌਂਕੀਦਾਰ ਰੱਖ ਲਓ, ਕੈਮਰੇ ਲਵਾ ਲਓ। ਫਿਰ ਤੁਹਾਨੂੰ ਪ੍ਰਸ਼ਾਸਨ ਨੂੰ ਸਾਡੀ ਆਹੀ ਅਪੀਲ ਹੈਗੀ ਹੈ ਵੀ ਹਾਂਜੀ। ਅੱਜ ਕੀ ਨਾਂ ਤੁਹਾਡਾ ਜੀ? ਸੁਨੀਲ ਕੁਮਾਰ ਜੀ। ਕਿੱਥੋਂ ਰਹਿਣ ਵਾਲੇ ਹੋ? ਬੇਗਾਂ ਵਾਲੀ। ਦੁਕਾਨ ਕਿੱਥੇ ਤੁਹਾਡੀ? ਸਿਟੀ ਗਾਰਡਨ ਹੋਮਸਟੇ ਹੋਟਲ ਦੇ ਨਾਲ। ਕੀ ਨਾਂ ਹੈ ਦੁਕਾਨ ਦਾ? ਨਿਊ ਮਲੋਟ ਮਾਰੂਤੀ ਪਾਰਟਸ। ਕੀ ਵਾਰਦਾਤ ਹੋਈ? ਰਾਤ 4:30-5 ਵਜੇ ਦੇ ਕਰੀਬ ਹੈ, ਕਿਸੇ ਨੇ ਦੱਸਿਆ ਸੀ ਵੀ ਬਾਈਕ ਤੇ ਆਏ ਸੀ ਬੰਦੇ, ਤੇ ਉਹਨਾਂ ਨੇ ਦੇਖਿਆ ਸੀ ਸਿਰਫ ਬਾਈਕ ਵਾਲੇ ਨੂੰ, ਤੇ ਛੱਤ ਦੇ ਉੱਤੋਂ ਦੀ ਆਏ ਆ ਦੁਕਾਨ ਤੇ ਚੜ ਕੇ। ਨਾਲ ਵਾਲੀ ਦੁਕਾਨ ਤੇ ਵੀ ਚੋਰੀ ਹੋਈ ਹੈ, ਤੇ ਇੱਧਰ ਵੀ ਐਂਟਰ ਕੀਤਾ, ਲਾਈਟਾਂ ਲੂਟਾਂ ਤੋੜ ਗਏ ਸੀ, ਕੁਛ ਲੈ ਗਏ ਆ ਨਾਲ, ਤੇ ਗੇਟ ਤੋੜ ਕੇ ਅੰਦਰ ਵੜੇ ਸੀ। ਇਸ ਦੁਕਾਨ ਦਾ ਤੇ ਦੋਨਾਂ ਦੁਕਾਨਾਂ ਦਾ ਤੇ ਗੇਟ ਇਕੱਠਾ ਹੀ ਹੈ। ਤੁਹਾਡਾ ਕੀ ਨੁਕਸਾਨ ਹੋਇਆ, ਕਿੰਨੇ ਦਾ ਨੁਕਸਾਨ ਹੋਇਆ ਤੁਹਾਡੇ? ਕੋਈ 25-30 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ। 2 ਚੈੱਕ ਭਰੇ ਹੋਏ ਸੀਗੇ, ਉਹ ਲੈ ਗਏ, ਕੁਛ ਪੇਮੈਂਟ ਪਈ ਸੀ ਉਹ ਲੈ ਗਏ। ਕਿੰਨਾ ਕੈਸ਼ ਕਿੰਨਾ ਲੈ ਗਏ? ਕੈਸ਼ 50,000 ਰੁਪਇਆ ਪਿਆ ਸੀ, ਲੋਨ ਚੱਕਿਆ ਹੋਇਆ ਸੀ ਦੁਕਾਨ ਤੇ, ਉਹ ਅੱਜ ਸੋਮਵਾਰ ਦੇ ਦਿਨ ਕਲੀਅਰ ਕਰਾਉਣਾ ਸੀ ਕਿਉਂਕਿ ਸ਼ਨੀਵਾਰ ਐਤਵਾਰ ਛੁੱਟੀ ਆ ਗਈ ਸੀ, ਤਾਂ ਕਰਕੇ ਸੋਮਵਾਰ ਕਲੀਅਰ ਕਰਾਉਣਾ ਸੀਗਾ। ਸਮਾਨ ਕੀ ਕੀ ਲੈ ਗਏ ਨੇ ਕੱਟ ਕੇ? ਸਮਾਨ ਲਾਈਟਾਂ ਲੈ ਗਏ ਜੀ। ਥਾਣ ਦਿੱਤੀ ਆ ਸਾਰੇ ਤਰ੍ਹਾਂ? ਹਾਂਜੀ, ਦੋਨੋਂ ਦੁਕਾਨਾਂ ਇਕੱਠੀ ਚੋਰੀ ਹੋਈ ਹੈ? ਹਾਂਜੀ, ਇਕੱਠੀ ਹੋਈ ਹੈ, ਇੱਕੋ ਟਾਈਮ ਜੀ। ਕੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਦੀ ਮੰਗ ਜੇ ਚੋਰ ਫੜੇ ਜਾਣ, ਤੇ ਐਪਲੀਕੇਸ਼ਨ ਵਾਲੇ ਸਵੇਰ ਆਏ ਸੀਗੇ, ਉਹਨਾਂ ਨੇ ਕੋਈ ਐਪਲੀਕੇਸ਼ਨ ਨਹੀਂ ਲਿਖੀ, ਬਸ ਸਿੱਧਾ ਆਏ ਸੀਗੇ, ਨਾਂ ਨੋਟ ਕਰਕੇ ਦੁਕਾਨ ਦਾ ਤੇ ਨੰਬਰ ਲੈ ਕੇ ਚਲੇ ਗਏ ਸੀ ਉਹ।